ਸਾਲ ਸਸੀ ਕਪੂਰ ਤੇ ਮੈਂ ਤੈਨੂੰ ਸਿਆਣਾ ਨਹੀਂ ਹੈਗਾ ਮੈਂ ਸਰਦਾਰ ਜਤਿੰਦਰ ਸਿੰਘ ਦੀ ਨੂੰਹ ਹਾਂ ਜੀ ਜਿਉਂਦੀ ਬਾਜੀ ਦੇ ਸ਼ਾਬਾਸ਼ ਓਕੇ ਹਾਈ ਹਾਈ ਤੈਨੂੰ ਕਿੰਨੀ ਵਾਰੀ ਕਿਹਾ ਮੈਨੂੰ ਦਾਰੂ ਪੀ ਕੇ ਛੇੜਿਆ ਨੇ ਘਰ ਹੁਣ ਕੀ ਹੋ ਗਿਆ ਤੇਰੇ ਤੈਨੂੰ ਪਤਾ ਨੀ ਕੀ ਹੋ ਗਿਆ ਤੂੰ ਕਿਸੇ ਡਾਕਟਰ ਨੂੰ ਬੁਲਾ ਤੂੰ ਆਪਣੇ ਗਵਾਂਢੀ ਡਾਕਟਰ ਨੂੰ ਬੁਲਾ ਲੈਣਾ ਉਹਨੂੰ ਕਾਹਨੂੰ ਕਿਸੇ ਉਹਨੂੰ ਬਣਾ ਉਹ ਕੀ ਕਹਿੰਦੇ ਨੇ ਉਹਨੂੰ ਕੀ ਕਹਿੰਦੇ ਹੁੰਦੇ ਨੇ ਉਹਨੂੰ ਕੁੜੀਆਂ ਨੂੰ ਕੀ ਕਹਿੰਦੇ ਨੇ ਲੇਡੀ ਡਾਕਟਰ ਲੇਡੀ ਲੇਡੀ ਮੇਰੇ ਕੁੜੀ ਹਾਂ ਨਰਸ ਉਹਨੂੰ ਬੁਲਾ ਨਰਸ ਨੂੰ ਬੁਲਾ ਲਾ ਚੱਲ ਉੱਠ ਫਿਰ ਤੁਰ ਮੈਂ ਤਾਂ ਤੁਰਿਆ ਕਿੱਥੇ ਜਾਂਦਾ ਹੁਣ ਤੁਰਿਆ ਨੀ ਜਾਂਦਾ ਆਹੋ ਹੁਣੇ ਗੱਡੀ ਲੈ ਕੇ ਆਇਆ ਲਿਆ ਜਲਦੀ ਕਰ ਜਾਂ ਨਿਕਲ ਨੀ ਜਾਂਦੀ ਆ ਤੁਸੀਂ ਮੈਨੂੰ ਟੈਸਟ ਕਰੋ ਟੀਕਾ ਲਗਾਉਣਾ ਪਊਗਾ ਟੀਕਾ ਹਾਂਜੀ ਟੀਕਾ ਲਵਾਇਆ ਜੇ ਤਾਂ ਹੀ ਤਾਂ ਆਹ ਕੁਛ ਹੋ ਗਿਆ ਨਹੀਂ ਨਹੀਂ ਗੋਰੀ ਅੰਦਰ ਚਲੋ ਹੈ ਅੰਦਰ ਚਲੋ ਅੰਦਰ ਜਾਣ ਤੋਂ ਮੈਂ ਡਰਦੀ ਹਾਂ ਨਾ ਗੋਰੀ ਉਹ ਭਾਈ ਤੂੰ ਐਂ ਕਰ ਇਹਨੂੰ ਕੋਈ ਵਧੀਆ ਜੀ ਦਵਾਈ ਦੇ ਦੇ ਹਾਂ ਚਲੋ ਜੋ ਵੀ ਤੁਹਾਡੀ ਮਰਜ਼ੀ ਤੇ ਆ ਇੱਕ ਟਾਈਮ ਲੈਣੀ ਕੋਈ ਅੱਛਾ ਆ ਟਾਈਮ ਲੈਣੀਆਂ ਅੱਛਾ ਆ ਗੋਲੀਆਂ ਨੇ ਸਵੇਰ ਸ਼ਾਮ ਲੈਣੀਆਂ ਨੇ ਠੀਕ ਹੈ ਚਲ ਤੇ ਇਹਨਾਂ ਨੂੰ ਤੁਸੀਂ ਲਈ ਮੈਂ ਹੁਣ ਲੈ ਗਿਆ ਸੀ ਇਸ ਤਰ੍ਹਾਂ ਲੈ ਗਿਆ ਨਾ ਤੇ ਇਹਨਾਂ ਨੂੰ ਬੈਡ ਰੈਸਟ ਹੁਣ ਵੀ ਇਹਨਾਂ ਨੂੰ ਸੰਭਾਲ ਕੇ ਲੈ ਕੇ ਜਾਓ ਠੀਕ ਠੀਕ ਹੈ ਨਾ ਚੱਕੋ ਮੁੰਡੇ ਆ ਮੈਨੂੰ ਖੜਾ ਦਵਾਈਆਂ ਲੈ ਸਰ ਓਏ ਆਇਓ ਭਾਈ ਆਇਓ ਮੈਂ ਚੱਕਾ ਨਾ ਚੱਲ ਠੀਕ ਆ ਪੁੱਤ ਬਹੁਤ ਧੰਨਵਾਦ ਤੁਹਾਡਾ ਚਲੋ ਬਹੁ ਰਾਣੀ ਹੈ ਹਾਂਜੀ
ਕਿੱਥੇ ਮਰ ਗਈ ਮੈਨੂੰ ਪਾਣੀ ਦੇ ਦੇ ਦਵਾਈ ਤੋਂ ਮੈਂ ਕਿਤੇ ਨਹੀਂ ਪਾਣੀ ਲੈ ਕੇ ਆਈ ਆ ਜਾ ਲਿਆ ਹੋਰ ਬੇਬੇ ਪਰ ਡਾਕਟਰ ਕੀ ਕਹਿੰਦਾ ਤੇਰੀ ਮਾਂ ਦਾ ਕਾਰਜਾ ਕਹਿੰਦਾ रोज दस कंजर किता लड़ने की करने का तू ऐ कर तू मेरा कहना मन ਇਹਨਾਂ ਨੂੰ ਛੱਡ ਇਹਨਾਂ ਨੇ ਨਾ ਕੁਛ ਬਣਨਾ ਨਾ ਆਪਣਾ ਬਣ ਲੈਣਾ ਆਪਾਂ ਚੱਲਦੇ ਹਾਂ ਦੂਜੇ ਤਰਫ ਸ਼ਹਿਰੀ ਚੱਲਦੇ ਹਾਂ ਉੱਥੇ ਕੋ ਦੇਖ ਲਾਂਗੇ ਛੋਟਾ ਮੁੰਡਾ ਹਾਂਜੀ ਜਿਸ ਤਰ੍ਹਾਂ ਤੁਸੀਂ ਰਾਜੀ ਹੋਗੇ ਮੈਂ ਵੀ ਫਿਰ ਉਸੇ ਤਰ੍ਹਾਂ ਹੀ ਕਰਨੀ ਨਾ ਸਾਡੇ ਨਾਲ ਜਾਓ ਉੱਜੜੋ ਲੈ ਉਹ ਜੀ ਹੁਣ ਇੱਥੇ ਕੱਲੀ ਚੌਂਦੀ ਹੈ ਆ ਸੋਨੇ ਵਰਗੀ ਨੂੰਹ ਦੀ ਹੈ ਘਰੋਂ ਭਜਾ ਦੀ ਤੈ ਤੇ ਸੋਨੇ ਵਰਗੀ ਬਹੂ ਕੀ ਹੱਥ ਤੇ ਚੱਕਣੀ ਆ ਗਈ ਜਦੋਂ ਉਹ ਵਿਹਲਾ ਲੋਹੇ ਵਰਗਾ ਮੁੰਡਾ ਮੇਰਾ ਕੰਮ ਨਹੀਂ ਕਰਦਾ ਮੈਂ ਕਿੱਧਰ ਜਾਵਾਂ ਦੱਸ ਇੱਕ ਮੇਰਾ ਸਾਲਾ ਦੇ ਆਹ ਗਮਾਡੀ ਸਾਰਾ ਦਿਨ ਲੜੀ ਜਾਂਦੇ ਨੇ ਇਹਨਾਂ ਚੋਂ ਇੱਕ ਨਾ ਇੱਕ ਤਾਂ ਮਰੂਗਾ ਡਾਂਗ ਜੱਕਰ ਡਾਂਗ ਰਾਣੀ ਪੁੱਤ ਹਾਂਜੀ ਡੈਡ ਬਾਹਰ ਆਇਓ ਮਾੜਾ ਜਿਹਾ ਓਕੇ ਹਾਂਜੀ ਇਹ ਮੇਰੀ ਨੂੰਹ ਆ ਇਹ ਮੇਰਾ ਪੁੱਤ ਆ ਥਾਣੇ ਭੇਜ ਦਿੰਦਾ ਨਾ ਨਾ ਸਰਦਾਰ ਸਾਹਿਬ ਆਪਾਂ ਤਾਂ ਇਹਨਾਂ ਦੀ ਕੁੱਤੇ ਖਾਣੀ ਕਰਨੀ ਸੀ ਇੰਨੀ ਕੁ ਕੁੱਤੇ ਖਾਣੀ ਬਹੁਤ ਹੈ ਘਰ ਛੱਡਿਆ ਮੇਰਾ ਕਿਹੜਾ ਜੀ ਕਰਦਾ ਜਿਵੇਂ ਘਰ ਛੱਡਿਆ ਬਾਪੂ ਜੀ ਮੈਂ ਨੀ ਬੇਬੇ ਨੂੰ ਮਾੜੀ ਕਹਿੰਦੀ ਇਹ ਕਿਹੜਾ ਸਵਾਈ ਹੈ
ਆਓ ਬੱਚੇ ਸਰਦਾਰ ਸਾਹਿਬ ਤੇਰੇ ਦੋ ਪੁੱਤ ਨੇ ਤੈਨੂੰ ਦਾਲ ਰੋਟੀ ਮਿਲਦੀ ਆ ਚੱਜ ਵੀ ਘਰੇ ਬਹਿ ਕੇ ਦੋ ਟਾਈਮ ਖਾ ਜੇ ਮੁੜ ਕੇ ਤਾਂ ਇਹੋ ਜਿਹੀ ਕੋਈ ਉਹ ਕੀਤੀ ਆ ਨਾ ਮੈਂ ਤੈਨੂੰ ਵੀ ਠਾਣੇ 'ਚ ਤੇਰੀ ਦਿਖਾ ਦੂੰਗਾ ਸਰਦਾਰ ਸਾਹਿਬ ਜੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਚਲੋ ਚਲੋ ਸਰਦਾਰ ਸਾਹਿਬ ਆਹ ਕੀਤੀ ਆ ਤੁਸੀਂ ਵਧੀਆ ਗੱਲ ਚਲੋ ਅੱਜ ਇਹਨੂੰ ਸਮਝਾ ਦਿਓ ਹੁਣ ਇਹ ਤੋਂ ਬਾਅਦ ਠੀਕ